ਵੋਟਾਂ ਦੇ ਸੀ ਜਨਾਬ, ਸਾਨੂੰ ਵੋਟ ਦਿਓ ਸਾਨੂੰ, ਅਤੇ ਤੁਸੀਂ ਅੱਲਾ ਦਾ ਸ਼ੁਕਰ ਅਦਾ ਕਰੋ ਸੋਹਣੇ ਰੱਬ ਦਾ, ਨਵੀਆਂ ਨਵੀਆਂ ਆਵਾਜ਼ਾਂ ਸੁਣਦੇ ਰਹੋ, ਮਹੀਨਾ ਡੇਢ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਰਹੀਆਂ ਨੇ, ਉਮਰਾਂ ਲਾਓ ਉਮਰਾਂ ਲਾ ਕੇ ਸ਼ੇਰ ਨੂੰ ਜਿਤਾਓ, ਮੀਂਹ ਦੇ ਨਾਰੇ ਵੱਜਣੇ ਬਈ ਵੱਜਣੇ ਹਨੇ, ਦੁਬਾਰਾ ਰੰਗ ਸੱਜਣੇ ਬਈ ਸੱਜਣੇ ਹਨੇ, ਮੀਂਹ ਨੇ ਝੰਡੇ ਕੱਢਣੇ ਬਈ ਕੱਢਣੇ ਹਨੇ, ਇਹ ਪੱਲੇ ਸਾਰੇ ਟੁੱਟਣੇ ਅਤੇ ਭੱਜਣੇ ਉਹ ਸਾਰਾ ਸਿਆਪਾ ਬਣ, ਨਵੀਆਂ ਨਵੀਆਂ ਆਵਾਜ਼ਾਂ ਸੁਣਦੇ ਰਹੋ। ਅਤੇ ਅਗਲੇ ਦਿਨ ਇੱਕ ਬੰਦਾ ਪਿਆ ਕਹਿੰਦਾ ਸੀ ਜਨਾਬ ਫੇਸਬੁੱਕ 'ਤੇ, ਉਸ ਆਖਿਆ ਮੁਸਲਿਮ ਲੀਗ ਨੂਨ ਇੰਨਾ ਲੀਲਾ ਹੈ ਵਾ ਇੰਨਾ ਹੀ ਲਈ ਰਾਜ ਹੋਊ, ਅਤੇ ਨਾਲ ਕਹਿੰਦੇ ਕਹਿੰਦਾ ਰੋਕ ਲਵੋ ਤੇ ਰੋਕ ਲਓ ਤਬਦੀਲੀ ਆਈ। ਦੁਆ ਕਰੋ ਅੱਲਾ ਸਾਡੇ ਮੁਲਕ 'ਤੇ ਰਹਿਮ ਕਰੇ, ਆਖੋ ਮਿਲ ਕੇ ਆਮੀਨ। ਮੈਂ ਚੀਫ ਜਸਟਿਸ ਅੱਗੇ ਅੱਜ ਇੱਕ ਅਪੀਲ ਕਰਨੀ ਹੈ, ਐਜ਼ਰਾ ਇਮਰਾਨ ਖਾਨ ਦਾ ਵੀ ਨੋਟਿਸ ਲੈ, ਅਤੇ ਹੋਰ ਵੀ ਆ ਜਿੰਨੇ ਵੀ ਨੇ ਨਾ ਇਹਨਾਂ ਸਾਰਿਆਂ 'ਤੇ ਮੌਲਵੀਆਂ ਦੀਆਂ ਵੀ ਲਿਸਟਾਂ ਤਲਬ ਕਰ, ਤੈਨੂੰ ਸਾਰਿਆਂ ਚਾਨਣ ਹੋ ਜਾਏਗਾ, ਤੂੰ ਸਿਰਫ ਨਵਾਜ਼ ਸ਼ਰੀਫ ਦੇ ਖੱਤੇ ਪੈ ਗਿਆ, ਜ਼ਰਾ ਮੌਲਵੀਆਂ ਦੀਆਂ ਵੀ ਲਿਸਟਾਂ ਤਲਬ ਕਰ, ਅਤੇ ਇਮਰਾਨ ਖਾਨ ਅਤੇ ਆ ਸਾਰੇ ਦੇਰ ਰਗੜਾ ਇੱਕ ਵਾਰੀ ਇਹਨਾਂ ਸਾਰਿਆਂ ਨੂੰ, ਮੈਂ ਤੌਹੀਦ ਮਸਜਿਦ ਹੀ ਖਲੋ ਕੇ ਅੱਗੇ ਤਾਂ ਦੁਆ ਕਰਦਾ ਹਾਂ, ਅੱਜ ਵੱਧ ਦੁਆ ਕਰਨ ਲੱਗਾ। ਯਾ ਅੱਲਾ ਜਿਨ੍ਹਾਂ ਪਾਕਿਸਤਾਨ ਨੂੰ ਦਾ ਲਾਇਆ, ਇਸਲਾਮ ਨੂੰ ਦਾ ਲਾਇਆ, ਔਰ ਜਿਨ੍ਹਾਂ ਦੀਨ ਦੇ ਨਾਂ 'ਤੇ ਦੌਲਤ ਇਕੱਠੀ ਕਰਕੇ ਸੱਪ ਬਣ ਕੇ ਬਹਿ ਗਏ ਨੇ, ਅੱਲਾ ਇਹਨਾਂ ਨੂੰ ਇੱਕ ਵਾਰੀ ਇਹੋ ਜਿਹਾ ਰਗੜਾ ਦੁਆ ਕਿ ਅੱਗੋਂ ਦੀਨ ਦੇ ਨਾਂ 'ਤੇ ਕੋਈ ਫਰਾਡ ਨਾ ਕਰੇ, ਬਲਕਿ ਦੀਨ ਤੋਂ ਹਰ ਇੱਕ ਜਾਨ ਕੁਰਬਾਨ ਕਰੇ। ਆਖੋ ਸਾਰੇ ਮਿਲ ਕੇ ਆਮੀਨ ਕਹੋ। ਕਸਮੇ ਮੌਲਵੀਆਂ ਨੇ ਅੰਨੀ ਪਾਈ ਹੈ ਕੋ ਹਰ ਮਹਿਕਮੇ, ਮੈਂ ਖੁਦਾ ਰਾ ਅਪੀਲ ਕਰਾਂਗਾ, ਖੁਦਾ ਰਾ ਅਪੀਲ ਕਰਾਂਗਾ, ਮਾਲਕ ਨੂੰ ਮਨਾ ਲਓ ਮਾਲਕ ਨੂੰ। ਮਾਲ 25 ਜੁਲਾਈ ਨੂੰ ਵੋਟ ਦੇ ਕੇ ਮਾਰੀ ਗਏ ਹੋ, ਪਤਾ ਨਹੀਂ ਕੀ ਹੋ ਗਿਆ, ਪਰੇਸ਼ਾਨੀ ਨਾ ਲਿਆ ਕਰੋ। ਬਾਅਦ ਬੰਦੇ ਬੜੇ ਪਰੇਸ਼ਾਨ ਹੋ ਜਾਂਦੇ ਨੇ, ਮੌਲਾਨਾ ਸਾਹਿਬ ਹੁਣ ਕੀ ਬਣੇਗਾ, ਮੌਲਾਨਾ ਸਾਹਿਬ ਹੁਣ ਕੀ ਬਣੇਗਾ, ਮੁਲਕ ਦਾ ਕੀ ਬਣੇਗਾ, ਕੀ ਹੋ ਜਾਏਗਾ। ਮੈਂ ਅਗਲੇ ਦਿਨ ਲਈਏ ਤਕਰੀਰ ਕਰਨ ਗਿਆ, ਉੱਥੇ ਇੱਕ ਘੋੜਾ ਚੌਕ ਹੈ, ਉਹਦੇ ਵਿੱਚ ਉਹਨਾਂ ਇੱਕ ਘੋੜਾ ਲਾਇਆ ਹੈ, ਅਤੇ ਉੱਥੇ ਵੀ ਮੈਨੂੰ ਇੱਕ ਬੰਦਾ ਕਹਿੰਦਾ ਜੀ ਹਾਲਾਤ ਐਡੇ ਖਰਾਬ ਨੇ, ਕਿਹੜੇ ਪਾਸੇ ਜਾਈਏ। ਮੈਂ ਕਿਹਾ ਘੋੜਾ ਚੌਕ ਹੀ, ਘੋੜਾ ਵਿਹਲੇ ਹੀ, ਉਹਦੇ ਉੱਤੇ ਜਾ ਕੇ ਬਹਿ ਜਾ, ਜਿਹੜਾ ਪੁੱਛੇਗਾ ਕਈ। ਮੈਂ ਕਿਹਾ ਵੀ ਕਿੱਧਰ ਨਹੀਂ ਜਾਣਾ, ਕਿਤੇ ਨਹੀਂ ਜਾਣਾ, ਇੱਥੇ ਹੀ ਮੇਰੇ ਤੋਂ ਧਿਆਨ ਨਹੀਂ ਲੱਗ। ਫਿਰ ਕੁਝ ਨਾ ਕੋਈ ਤਾਂ ਕਰਨਾ ਹੀ ਹੁੰਦਾ, ਐਂ ਦੀਆਂ ਗੱਲਾਂ ਨਾ ਕਰਿਆ ਕਰੋ। ਕੀ ਬਣੇਗਾ ਮੌਲਾਨਾ ਸਾਹਿਬ, ਹੁਣ ਕੀ ਬਣੇਗਾ, ਸਾਡੇ ਮੁਲਕ ਦਾ ਕੀ ਬਣੇਗਾ, ਜੇ ਹੋ ਜਾਏਗਾ ਉਹ ਹੋ ਜਾਏਗਾ, ਸਾਨੂੰ ਟੈਨਸ਼ਨ ਲੈਣ ਦੀ, ਭਾਈ ਅਬਦੁੱਲਾ ਯਾਸੀਨ ਸਾਹਿਬ ਸਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ। ਇਹ ਨਾ ਕਿਤੇ ਕਹਿ ਪੈਣਾ ਇਹ ਚੰਗਾ ਨਹੀਂ ਹੋਇਆ, ਇਹ ਨਹੀਂ ਚੰਗਾ ਹੋਇਆ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਹਾਂ ਅਗਰ ਕਿਸੇ ਦੀ ਹਮਾਇਤ ਕਰਨੀ ਹੈ, ਕਹੋ ਅਸੀਂ ਚੰਗੇ ਨਹੀਂ ਸਾਂ, ਜਿਹਦੀ ਵਜ੍ਹਾ ਤੋਂ ਹੁਕਮਰਾਨ ਵੀ ਚੰਗੇ ਨਹੀਂ, ਯਾ ਅੱਲਾ ਸਾਨੂੰ ਵੀ ਮਾਫ਼ ਕਰ ਅਤੇ ਉਹਨਾਂ ਨੂੰ ਵੀ ਮਾਫ਼ ਕਰ। ਇੰਝ ਕਹਿ ਛੱਡਿਆ ਕਰੋ, ਇਹ ਨਾ ਕਿਹਾ ਕਰੋ ਇੰਝ ਨਹੀਂ ਸੀ ਹੋਣਾ ਚਾਹੀਦਾ, ਇੰਝ ਨਹੀਂ ਸੀ ਹੋਣਾ ਚਾਹੀਦਾ, ਬਲਕਿ ਇੰਝ ਕਹਿ ਲਿਆ ਕਰੋ ਮੇਰੇ ਤਰ੍ਹਾਂ ਜਿਵੇਂ ਮੈਂ ਕਹਿਣ ਲੱਗਾ। ਕੌਣ ਆਖੇ ਰੱਬ ਨੂੰ ਤੂੰ ਇੰਝ ਨਹੀਂ ਤੇ ਇੰਝ ਕਰ, ਕੌਣ ਆਖੇ ਰੱਬ ਨੂੰ ਤੂੰ ਇੰਝ ਨਹੀਂ ਤੇ ਇੰਝ ਕਰ। ਹਜ਼ਰਤ ਮੂਸਾ ਨੂੰ ਆਖਿਆ ਪਾਰ ਚੱਲ, ਫਿਰਾਉਣ ਨੂੰ ਆਖਿਆ ਡੁੱਬ ਕੇ ਮਾਰ, ਕੌਣ ਆਖੇ ਰੱਬ ਨੂੰ ਤੂੰ ਇੰਝ ਨਹੀਂ ਤੇ ਇੰਝ ਕਰ। ਜ਼ਿਆਉਲ ਹੱਕ ਨੂੰ ਆਖਿਆ ਜਹਾਜ਼ 'ਚ ਮਰ ਜਾ, ਭੁੱਟੋ ਨੂੰ ਆਖਿਆ ਸੂਲੀ ਚੜ, ਕੌਣ ਆਖੇ ਰੱਬ ਨੂੰ ਤੂੰ ਇੰਝ ਨਹੀਂ ਤੇ ਇੰਝ ਕਰ। ਗੇਂਦਾਂ ਕਰਾਉਣ ਵਾਲੇ ਨੂੰ ਸੀਟਾਂ ਦੇ ਛੱਡੀਆਂ, ਨਵਾਜ਼ ਸ਼ਰੀਫ ਨੂੰ ਆਖਿਆ ਜੇਲੇ ਵੜ, ਕੌਣ ਆਖੇ ਰੱਬ ਨੂੰ ਤੂੰ ਇੰਝ ਨਹੀਂ ਤੇ। ਮਾਲਕ ਦੇ ਫੈਸਲੇ, ਮਾਲਕ ਦੇ, ਖੁਦਾ ਦੀ ਕਸਮ ਕੋਈ ਬੰਦਾ ਜਿਹੜਾ ਨਾ ਉਹਦੀ ਗੱਲ ਨਹੀਂ ਚੱਲਦੀ, ਕੋਈ ਗੱਲ ਨਹੀਂ ਚੱਲਦੀ। ਮੌਲਵੀਆਂ ਨੂੰ ਵੀ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਕੋਈ ਮੌਲਵੀ ਕਹਿੰਦਾ ਮੈਨੂੰ 100 ਵੋਟ ਮਿਲਿਆ, ਕੋਈ ਕਹਿੰਦਾ ਮੈਨੂੰ 500 ਵੋਟ ਮਿਲਿਆ, ਕੋਈ ਕਹਿੰਦਾ ਮੈਨੂੰ ਜਨਾਬ ਇੰਨੇ ਵੋਟ ਮਿਲੇ ਨੇ, ਮੈਨੂੰ ਇੰਨੇ ਵੋਟ ਮਿਲੇ ਨੇ। ਇੱਕ ਮੌਲਾਨਾ ਸਾਹਿਬ ਦਾ ਪਤਾ ਲੱਗਾ ਉਹਨਾਂ ਨੂੰ 1956 ਵੋਟ ਮਿਲੇ ਨੇ, ਅਤੇ ਅਗਲੇ ਦਿਨ ਪਤਾ ਲੱਗਾ ਉਹ ਪੈਦਾ ਵੀ 1956 ਨੂੰ ਹੀ ਹੋਇਆ। ਦਫਾ ਹੁਣ ਸੀਟਾਂ ਭਰਾਂ ਮਗਰੋਂ ਲੈਣ, ਐਵੇਂ ਸੀਟਾਂ ਦੀ ਟੈਨਸ਼ਨ ਨਾ ਲਿਆ ਜਾ, ਖੁਦਾ ਦੀ ਕਸਮ ਸੀਟਾਂ ਦੀ ਟੈਨਸ਼ਨ ਨਾ ਲਿਆ ਕਰੋ। ਮਿੰਬਰ ਵਾਲੇ ਹਮੇਸ਼ਾ ਜਿੱਤ ਜਾਂਦੇ ਨੇ, ਸਦਕੇ ਜਾਵਾਂ ਮੁਸੱਲਿਆਂ ਵਾਲਿਆਂ ਦੀ ਹਮੇਸ਼ਾ ਫਤਿਹ ਹੈ, ਤੌਹੀਦ ਵਾਲਿਆਂ ਦੀ ਹਮੇਸ਼ਾ ਫਤਿਹ ਹੈ, ਹਦੀਸ ਵਾਲਿਆਂ ਦੀ ਹਮੇਸ਼ਾ ਫਤਿਹ ਹੈ, ਹੱਕ ਵਾਲਿਆਂ ਦੀ ਹਮੇਸ਼ਾ ਫਤਿਹ ਹੈ, ਸੱਚ ਵਾਲਿਆਂ ਦੀ ਹਮੇਸ਼ਾ ਫਤਿਹ ਹੈ, ਮੱਕੇ ਵਾਲਿਆਂ ਦੀ ਹਮੇਸ਼ਾ ਫਤਿਹ ਹੈ, ਸਦਕੇ ਜਾਵਾਂ ਮਦੀਨੇ ਵਾਲਿਆਂ ਦੀ ਹਮੇਸ਼ਾ ਫਤਿਹ ਹੈ। ਇਹ ਅਲਹਿਦਾ ਗੱਲ ਹੈ ਮੁਫਤੀ ਸਾਹਿਬ,
ਐਤਕਾਂ ਵੋਟਾਂ 'ਤੇ ਉਹ ਮੌਲਵੀ ਖਲੋ ਗਏ ਹਨ, ਉਹ ਮੌਲਵੀ ਖਲੋਤੇ ਸਨ ਜਿਹੜੇ ਸਕੂਲ 'ਚ ਕਦੀ ਕੌਮੀ ਤਰਾਨੇ 'ਤੇ ਨਹੀਂ ਸਨ ਖਲੋਤੇ, ਉਤਰੇ ਉਹ ਵੀ ਖਲੋ, ਯਕੀਨ ਕਰੋ ਵੋਟਾਂ ਦੇ। ਉਸ ਆਖਿਆ ਵਾਲੇ ਪਾਸੇ ਆ ਜਾਓ, ਜਿਹੜਾ ਮਾਲਕ ਦੇ ਨਾਲ ਤਾਲੁਕ ਜੋੜ ਲੈਂਦਾ ਕਾਮਯਾਬ ਤੇ ਕਾਮਰਾਨ ਹੋ ਜਾਂਦਾ। ਮਾਲਕੇ ਕਾਇਨਾਤ ਫਰਮਾਉਂਦੇ ਨੇ ਮੈਂ ਆਪਣੇ ਬੰਦਿਆਂ ਨਾਲ ਬੜੀ ਮੁਹੱਬਤ ਤੇ ਬੜਾ ਪਿਆਰ ਕਰਨਾ ਵਾ, ਇਲਾ ਮਨ ਤਾਬਾ ਵਾ ਆਮਨਾ ਵਾ ਅਮਿਲਾ ਅਮਲਨ ਸਵਾਲਿਹਾ ਫੌਲਾਇਕਾ ਯੁਬਦਿਲੁਲਾਹੁ ਸਯਿਆਤਿਹਿਮ ਹਸਨਾ। ਮੇਰੇ ਇੱਕ ਯਾਰ ਦਾ ਅੱਡ ਨੇ, ਮੈਂ ਤੁਹਾਨੂੰ ਸ਼ੇਰ ਸੁਣਾ ਦਿਆਂ, ਬੇਲੀ ਨਹੀਂ ਉਂਝ ਮੇਰਾ ਮੈਨੂੰ ਦਿਸਦਾ ਪਿਆ। ਇੱਕ ਗੱਲ 'ਤੇ ਮੈਂ ਬੜਾ ਫੈਸਲਾਬਾਦ ਦੇ ਵਿੱਚ ਹੈਰਾਨ ਹਾਂ ਕਿ ਇਸ ਮਸਜਿਦ 'ਚ ਮਜਮਾ ਨਹੀਂ ਹੁੰਦਾ, ਪਤਾ ਨਹੀਂ ਕੀ ਵਜ੍ਹਾ। ਇਮਾਨਦਾਰੀ ਦੀ ਗੱਲ, ਮੈਂ ਅੱਗੇ ਮੇਰਾ ਖਿਆਲ ਮੈਂ 5ਵੀਂ ਕਿ 6ਵੀਂ ਦਫ਼ਾ ਇਸ ਮਸਜਿਦ 'ਚ ਆ ਰਿਹਾ, ਮਗਰ 2 ਕੁ ਦਫ਼ਾ ਮਜਮਾ ਵਾਹਵਾ ਆਇਆ, ਉਸ ਤੋਂ ਇਲਾਵਾ ਮਜਮਾ ਨਹੀਂ ਹੋਇਆ। ਬਲਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਇੱਕ ਦਫ਼ਾ ਮੈਂ ਇੱਥੇ ਤਕਰੀਰ ਕਰਨ ਆਇਆ ਅਤੇ 9 ਬੰਦੇ ਸਨ, 10ਵਾਂ ਮੈਂ ਸਾਂ। ਅਤੇ ਤੁਸੀਂ ਇੰਝ ਕਰਿਆ ਕਰੋ, ਪਤਾ ਨਹੀਂ ਵੈਸੇ ਉਹ ਕਿਸੇ ਨੇ ਇੱਕ ਗੱਲ ਕੀਤੀ ਹੈ ਬੜੀ ਪਿਆਰੀ, ਉਸ ਆਖਿਆ ਮੈਂ ਬੁਰਾ ਹੂੰ ਜਾਂ ਕਿਸਮਤ ਬੁਰੀ ਹੈ, ਇਹ ਫੈਸਲਾ ਨਾ ਹੋ ਸਕਾ। ਉਹ ਟਰੱਕ ਮਗਰ ਲਿਖਿਆ ਤੁਹਾਨੂੰ, ਫਿਰ ਮੈਂ ਸ਼ੇਰ ਸੁਣਾ ਲੱਗਾ, ਟਰੱਕ ਦੇ ਮਗਰ ਬੰਦੇ ਨੇ ਲਿਖਿਆ, ਬੜਾ ਉਬਲਿਆ ਬੰਦਾ ਸੀ, ਕਹਿੰਦਾ ਮੈਂ ਬੁਰਾ ਹੂੰ ਜਾਂ ਕਿਸਮਤ ਬੁਰੀ ਹੈ, ਫੈਸਲਾ ਨਾ ਹੋ ਸਕਾ, ਮੈਂ ਹਰ ਕਿਸੀ ਕਾ ਹੋ ਗਿਆ, ਮੇਰਾ ਨਾ ਕੋਈ ਹੋ ਸਕਾ। ਬਾਅਦ ਮਸਜਿਦਾਂ ਐਸੀਆਂ ਹੁੰਦੀਆਂ ਨੇ ਕਿ ਪਤਾ ਨਹੀਂ ਕਿਉਂ ਨਹੀਂ ਲੋਕ ਆਉਂਦੇ, ਬਹਰਹਾਲ ਅੱਲਾਹ ਦਾ ਘਰ ਹੈ, ਆਉਣਾ ਚਾਹੀਦਾ। ਵਾਨਲ ਮਸਾਜਿਦ ਅਲਿਲਾ ਫਲਾ ਤਦੂ ਮਾ ਅੱਲਾਹ ਅਹਦਾ, ਮੋਮਿਨ ਹੀ ਤੋ ਮਸਜਿਦ ਮੇਂ ਬੜੇ ਸ਼ੌਕ ਸੇ ਆਤੇ ਹੈ, ਆਤੇ ਹੈ ਵਹੀ ਜਿਨ ਕੋ ਅੱਲਾਹ ਹੀ ਬੁਲਾਤੇ ਹੈ। ਸੁਭਾਨ ਗੱਲ ਇਹ ਵੇ, ਅਗਰ ਕੋਈ ਮੌਲਾਨਾ ਮੁਫਤੀ ਨਸਰੁੱਲਾ ਸਾਹਿਬ ਇੱਥੇ ਨਹੀਂ ਆਏਗਾ, ਤੂੰ ਮਸਜਿਦ ਦਾ ਕੀ ਕਸੂਰ ਹੈ, ਮਸਜਿਦ ਦਾ ਕੀ ਮੇਰਾ ਮਤਲਬ ਵਿਗੜੇਗਾ, ਇਹ ਮਸਜਿਦ ਮਸਜਿਦ ਹੀ ਰਹੇਗੀ, ਔਰ ਇਹ ਮਸਜਿਦ ਤੋਹੀਦ ਹੀ ਰਹੇਗੀ, ਔਰ ਇਹ ਚਮਕਦੀ ਦਮਕਦੀ ਰਹੇਗੀ, ਇਹਦਾ ਕੋਈ ਨੁਕਸਾਨ ਨਹੀਂ। ਜਿਹੜਾ ਨਹੀਂ ਆਏਗਾ ਨੁਕਸਾਨ ਉਹਦਾ ਹੈ, ਕੁਰਾਨ ਕੋਈ ਨਹੀਂ ਪੜ੍ਹੇਗਾ ਤਾਂ ਕੁਰਾਨ ਹੀ ਰਹੇਗਾ, ਔਰ ਨਬੀ ਅਲੈਹਿ ਸਲਾਮ ਦੀ ਕੋਈ ਅਤਾਤ ਨਹੀਂ ਕਰੇਗਾ ਤਾਂ ਆਪ ਦੀ ਸ਼ਾਨ 'ਚ ਕੀ ਫਰਕ ਪਏਗਾ। ਕਿਉਂਕਿ ਇਨ ਅੱਲਾਹ ਵਾ ਮਲਾਇਕਤਹੂ ਯੁਸੱਲੂਨਾ ਅਲਨ ਨਬੀ, ਜਿਸ ਸੋਹਣੇ ਦੀਆਂ ਤਾਰੀਫਾਂ ਰੱਬ ਰਹਿਮਾਨ ਕਰੇ ਔਰ ਜਿਸ ਸੋਹਣੇ ਦੇ ਉੱਤੇ ਫਰਿਸ਼ਤੇ ਦਰੂਦ ਪੜ੍ਹਨ, ਉਹ ਸਾਡੀਆਂ ਤਾਰੀਫਾਂ ਦਾ ਸੋਹਣਾ ਮੁਹਤਾਜ ਤਾਂ ਨਹੀਂ ਨਾ। ਔਰ ਤੀਸਰੀ ਬਾਤ ਇਹ ਹੈ, ਅਗਰ ਕੋਈ ਮੱਕੇ ਮਦੀਨੇ ਨਾ ਜਾਏਗਾ ਤਾਂ ਮੱਕੇ ਮਦੀਨੇ ਨੂੰ ਕੀ ਫਰਕ ਪਏਗਾ। ਅਗਰ ਕੋਈ ਜਿਹਾਦ ਨਾ ਕਰੇ ਤਾਂ ਮਿਸ਼ਨੇ ਜਿਹਾਦ ਜਿਹੜਾ ਉਹ ਚਮਕਦਾ ਰਹੇਗਾ। ਅਗਰ ਕੋਈ ਕੁਰਬਾਨੀ ਨਾ ਵੀ ਕਰੇ ਤਾਂ ਇਬਰਾਹੀਮ ਅਲੈਹਿ ਸਲਾਮ ਦੀ ਕੁਰਬਾਨੀ ਜਿਹੜੀ ਹੈ ਉਹ ਚੰਨ ਔਰ ਸੂਰਜ ਦੀ ਤਰ੍ਹਾਂ ਰੋਸ਼ਨੀ ਬਖੇਰਦੀ ਰਹੇਗੀ। ਮੇਰੇ ਅਜ਼ੀਜ਼ੋ, ਇਹ ਅੱਲਾਹ ਕਰੀਮ ਦੀਆਂ ਰਹਿਮਤਾਂ ਹੁੰਦੀਆਂ ਨੇ ਜਿਹਦੇ 'ਤੇ ਹੋ ਜਾਣ। ਅਗਰ ਕੋਈ ਨਹੀਂ ਹਾਜੇ ਬੈਤੁੱਲਾ ਕਰੇਗਾ ਤਾਂ ਬੈਤੁੱਲਾ ਨੂੰ ਕੀ ਫਰਕ ਪਏਗਾ। ਮਾਸ਼ਾਅੱਲਾ ਸ਼ਾਹ ਜੀ